ਸੁਖਬੀਰ ਬਾਦਲ ਵੱਲੋਂ ਕੀਤੇ ਮਾਣਹਾਨੀ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਕੋਰਟ 'ਚ ਪੇਸ਼ ਨਾ ਹੋਏ। ਇਸ ਕੇਸ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ 'ਚ ਸੁਣਵਾਈ ਹੋਈ। ਹਾਲਾਂਕਿ ਸੀਐਮ ਮਾਨ ਵੱਲੋਂ ਵਕੀਲ ਜ਼ਰੂਰ ਹਾਜ਼ਰ ਹੋਏ। ਕੋਰਟ ਨੇ ਅਗਲੀ ਤਰੀਕ 19 ਮਾਰਚ ਤੈਅ ਕੀਤੀ ਹੈ। ਸੁਖਬੀਰ ਬਾਦਲ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ 'ਤੇ ਬੇਬੁਨਿਆਦ ਇਲਜ਼ਾਮ ਲਾ ਕੇ ਅਕਸ ਨੂੰ ਢਾਹ ਲਾਈ ਹੈ। ਸੁਖਬੀਰ ਬਾਦਲ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਹਰਿਆਣਾ ਸਥਿਤ ਬਾਲਾਸਰ ਫਾਰਮ ਨੂੰ ਜਾਂਦੀ ਨਹਿਰ ਬਾਰੇ ਝੂਠ ਬੋਲਿਆ ਕਿ ਅਕਾਲੀ ਦਲ ਸਰਕਾਰ ਵੇਲੇ ਕੱਢੀ ਗਈ ਹੈ ਅਤੇ ਬਾਦਲ ਪਰਿਵਾਰ ਦੇ ਖੇਤ ਤੱਕ ਜਾਂਦੀ ਹੈ। ਅਕਾਲੀ ਦਲ ਦੇ ਪ੍ਰਧਾਨ ਮੁਤਾਬਕ ਦੂਜਾ ਝੂਠ ਬਾਦਲ ਪਰਿਵਾਰ ਦੀ ਟਰਾਂਸਪੋਰਟ ਬਾਰੇ ਬੋਲਿਆ ਹੈ। ਇਸ ਵਿੱਚ ਕਿਹਾ ਗਿਆ ਕਿ ਸਾਰੇ ਪਰਮਿਟ ਐਕਸਟੈਂਡ ਕਰਵਾ ਕੇ ਚੰਡੀਗੜ੍ਹ ਦੇ ਕਰਵਾ ਲਏ ਗਏ। ਸੁਖਬੀਰ ਬਾਦਲ ਦਾ ਇਲਜ਼ਾਮ ਹੈ ਕਿ ਇਸ ਤਰ੍ਹਾਂ ਸੀਐਮ ਮਾਨ ਲਗਾਤਾਰ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਖਰਾਬ ਕਰ ਰਹੇ ਨੇ। ਇਸ ਲਈ ਉਹਨਾਂ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੋਇਆ। ਉਹਦੇ 'ਚ ਅੱਜ ਸੀ ਜੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਪੇਸ਼ ਹੋਣਾ ਸੀ, ਸੰਮਨ ਉਹਨਾਂ ਨੂੰ ਰਿਸੀਵ ਹੋ ਗਏ ਸੀਗੇ। ਉਹਦਾ ਜਿਹੜਾ ਅਸੀਂ ਰਜਿਸਟਰਡ ਪੋਸਟ ਨਾਲ ਸੰਮਨ ਗਏ ਸੀ, ਉਹਦੀ ਡਿਟੇਲ ਕੋਰਟ ਨੂੰ ਦਿੱਤੀ ਸੀ ਵੀ 24 ਤਰੀਕ ਨੂੰ 24 ਜਨਵਰੀ ਨੂੰ ਸੰਮਨ ਉਹਨਾਂ ਦੇ ਜਿਹੜਾ ਦਿੱਤਾ ਐਡਰੈਸ ਆ ਉਹਦੇ 'ਤੇ ਰਿਸੀਵ ਹੋ ਚੁੱਕਿਆ। ਅਤੇ ਫਿਰ ਸਰਦਾਰ ਇਕਬਾਲ ਸਿੰਘ ਬੁੱਟਰ ਨੇ ਮੀਮੋ ਆਫ ਅਪੀਅਰੈਂਸ ਦੇ ਕੇ ਉਹਨਾਂ ਵੱਲੋਂ ਹਾਜ਼ਰੀ ਲਵਾਤੀ ਹੈ। ਅਤੇ ਨੈਕਸਟ ਡੇਟ ਜਿਹੜੀ ਹੈ 19 ਮਾਰਚ ਉਹਨਾਂ ਦਾ ਰਿਟਨ ਸਟੇਟਮੈਂਟ ਜਵਾਬ ਦਾਵਾ ਦੇਣ ਵਾਸਤੇ ਕੋਰਟ ਨੇ ਪਾ ਦਿੱਤੀ। ਕੁਛ ਇਸ ਤਰ੍ਹਾਂ ਦਾ ਵੀ ਇੱਕ ਕਾਰਨ ਦੱਸਿਆ ਹੋਵੇ ਕਿ ਕਿਉਂ ਨਹੀਂ ਆਏ ਸੀ ਜਾਂ ਕੁਛ ਇਸ ਤਰ੍ਹਾਂ ਦਾ ਵੀ ਹੋਇਆ ਹੈਗਾ? ਪਰਸਨਲੀ ਅਪੀਅਰੈਂਸ ਉਹਨਾਂ ਦੀ ਰਿਕੁਆਇਰਡ ਨਹੀਂ ਸੀ, ਜ਼ਰੂਰੀ ਨਹੀਂ ਸੀ ਵੀ ਉਹਨਾਂ ਦਾ ਮੈਂਡੇਟਰੀ ਨਹੀਂ ਸੀ ਪਰਸਨਲੀ ਆਉਣਾ, ਉਹਨਾਂ ਦੇ ਬਿਹਾਫ 'ਤੇ ਉਹਨਾਂ ਦੇ ਵਕੀਲ ਪੇਸ਼ ਹੋ ਸਕਦੇ ਸੀ। ਅਤੇ ਇਸ ਕਰਕੇ ਇਹਨਾਂ ਦੇ ਵਕੀਲ ਪੇਸ਼ ਹੋ ਗਏ, ਇਸ ਕਰਕੇ ਉਹਨਾਂ ਨੂੰ ਇਹ ਕੋਰਟ 'ਚ ਕੋਈ ਸਪੈਸੀਫਿਕ ਦੱਸਣ ਦੀ ਰੀਜ਼ਨ ਦੇਣ ਦੀ ਲੋੜ ਨਹੀਂ ਸੀ ਵੀ ਮੈਂ ਪਰਸਨਲੀ ਕਿਉਂ ਨਹੀਂ ਪੇਸ਼ ਹੋ ਰਿਹਾ।